ਚਾਲ ਜੀ, ਕੀ ਹਾਲ ਚਾਲ? ਠੀਕ ਠਾਕ ਸਾਰੇ? ਹਾਂਜੀ ਠੀਕ ਆ, ਵਧੀਆ ਗੱਲ ਆ, ਵਧੀਆ ਠੀਕ ਠਾਕ ਹੀ ਹੋ। ਧੁੱਪ ਬਹੁਤ ਆ ਅਤੇ ਅੱਜ ਮੈਂ ਪੱਗ ਨਹੀਂ ਆ, ਕਾਫੀ ਟਾਈਮ ਬਾਅਦ ਕੋਸ਼ਿਸ਼ ਕੀਤੀ ਇੱਕ ਵਧੀਆ ਬੰਨਣ ਦੀ, ਕਿਉਂਕਿ ਅੱਜ ਹੈਗਾ ਸਾਡੇ ਨਗਰ ਕੀਰਤਨ ਵਿਸਾਖੀ ਦਾ, ਅਤੇ ਆ ਜਾਓ ਫਿਰ ਤੁਹਾਨੂੰ ਨਗਰ ਕੀਰਤਨ ਦਿਖਾ ਰਹੇ ਹਾਂ। ਅਤੇ ਮੌਸਮ ਦੇਖੋ, ਧੁੱਪ ਪੂਰੀ ਨਿਕਲੀ ਹੋਈ ਆ ਅਤੇ ਆਪਾਂ ਤਾਂ ਚੱਲਦੇ ਹਾਂ, ਕਿਉਂਕਿ ਉਰੇ ਟਾਈਮ ਦਾ ਨਹੀਂ ਪਤਾ ਲੱਗਦਾ ਹੁੰਦਾ ਕਦੋਂ ਉਰੇ ਬੱਦਲ ਹੋ ਜਾਂਦੇ, ਮੀਂਹ ਆ ਜਾਂਦਾ। ਆ ਜਾਓ ਫਿਰ ਚੱਲੀਏ। ਪਹੁੰਚ ਚੁੱਕੇ ਹਾਂ ਗੱਡੀ ਲਾ ਦਿੱਤੀ ਪਾਰਕਿੰਗ ਦੇ ਵਿੱਚ, ਅਤੇ ਰਸ਼ ਦੇਖੋ ਤੁਸੀਂ, ਅੱਗੇ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਰਸ਼ ਵੀ। ਅੱਗੇ ਗੁਰਦੁਆਰੇ ਤੱਕ ਮੈਨੂੰ ਲੱਗਦਾ, ਅੱਗੇ ਨੂੰ ਜਿੱਥੇ ਆਏ ਹੁੰਦਾ ਵੀ ਜਿੱਥੇ ਜਿੱਥੇ ਪਾਰਕਿੰਗ ਮਿਲਦੀ ਅਗਲਾ ਕਹਿੰਦਾ ਅੱਗੇ ਤੱਕ ਜਿੱਥੇ ਤੱਕ ਜਾਂਦਾ ਜਾਣ ਦਿਓ ਗੱਡੀ। ਹਾਂਜੀ, ਜਿਵੇਂ ਕਿ ਤੁਸੀਂ ਨਗਰ ਕੀਰਤਨ ਹੁਣ ਦੇਖ ਰਹੇ ਹੋ, ਇਹ ਹੈ ਸਰੀ ਕਨੇਡਾ ਦਾ ਵਿਸਾਖੀ ਦਾ ਨਗਰ ਕੀਰਤਨ। ਅਤੇ ਅੱਜ ਦੇ ਦਿਨ ਉਰੇ ਬਹੁਤ ਹੀ ਜ਼ਿਆਦਾ ਇਕੱਠ ਹੁੰਦਾ ਨਗਰ ਕੀਰਤਨ ਵਾਲੇ ਦਿਨ, ਕਿਉਂਕਿ ਇੱਥੇ ਲੋਕ ਬਹੁਤ ਹੀ ਦੂਰੋਂ ਦੂਰੋਂ, ਮਤਲਬ ਅਮੈਰੀਕਾ, ਟੋਰਾਂਟੋ ਆਲੇ ਦੁਆਲੇ ਜਿੰਨੇ ਵੀ ਪ੍ਰੋਵਿੰਸ ਨੇ ਸਾਰੇ ਕਿਤੋਂ ਉਰੇ ਲੋਕ ਆਉਂਦੇ ਨੇ। ਅਤੇ ਕੁਛ ਕੁ ਲੋਕ ਇੱਦਾਂ ਵੀ ਨੇ ਜਿਹੜੇ ਸਪੈਸ਼ਲ ਉਰੇ ਵੀਜ਼ਾ ਲਗਾ ਕੇ ਆਲੇ ਦੁਆਲੇ ਕੰਟਰੀਜ਼ ਦੇ ਵਿੱਚੋਂ ਇੱਥੇ ਆਉਂਦੇ ਨੇ ਨਗਰ ਕੀਰਤਨ ਦੇਖਣ, ਕਿਉਂਕਿ ਉਰੇ ਸਪੈਸ਼ਲ ਇਸ ਦੇ ਲਈ ਮਤਲਬ ਵੀਜ਼ਾ ਉਹਨਾਂ ਨੂੰ ਈਜ਼ੀਲੀ ਮਿਲ ਜਾਂਦਾ ਵਾ। ਅਤੇ ਹੁਣ ਆਪਾਂ ਗੱਲ ਕਰਦੇ ਨਗਰ ਕੀਰਤਨ ਦੀ, ਇਹ ਨਗਰ ਕੀਰਤਨ ਨੌਰਥ ਅਮੈਰੀਕਾ ਦਾ ਕਹਿੰਦੇ ਤੀਸਰੇ ਨੰਬਰ 'ਤੇ ਆ, ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਇਕੱਠ ਹੁੰਦਾ ਵਾ ਲੋਕਾਂ ਦਾ, ਅਤੇ ਬਹੁਤ ਹੀ ਭਾਰੀ ਸੰਗਤ ਇਹਦੇ ਵਿੱਚ ਨਗਰ ਕੀਰਤਨ 'ਚ ਆ ਕੇ ਮੱਥਾ ਟੇਕਦੀ ਆ ਗੁਰੂ ਗ੍ਰੰਥ ਸਾਹਿਬ ਨੂੰ। ਅਤੇ ਆਪਾਂ ਨੇ ਵੀ ਅੱਜ ਮੱਥਾ ਟੇਕਿਆ, ਅਤੇ ਆਪਾਂ ਜਲਦੀ ਹੀ ਪਹੁੰਚ ਗਏ ਸੀਗੇ ਘਰੋਂ, 9 ਵਜੇ ਤੁਰ ਪਏ ਸੀਗੇ, ਕਿਉਂਕਿ ਜਿਉਂ ਜਿਉਂ ਦਿਨ ਚੜ੍ਹਦਾ ਵਾ ਅਤੇ ਉਰੇ ਸੰਗਤ ਦਾ ਬਹੁਤ ਹੀ ਜ਼ਿਆਦਾ ਇਕੱਠ ਹੋ ਜਾਂਦਾ। ਅਤੇ ਤੁਹਾਨੂੰ ਗੱਡੀ ਲਾਉਣ ਨੂੰ ਵੀ, ਮਤਲਬ ਪਾਰਕਿੰਗ ਦੇ ਲਈ ਤੁਹਾਨੂੰ ਬਿਲਕੁਲ ਵੀ ਜਗ੍ਹਾ ਨਹੀਂ ਮਿਲਦੀ, ਅਤੇ ਸੜਕਾਂ 'ਤੇ ਵੀ ਬਹੁਤ ਹੀ ਜ਼ਿਆਦਾ ਰਸ਼ ਹੋ ਜਾਂਦਾ ਵਾ। ਅਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਨਗਰ ਕੀਰਤਨ ਬਹੁਤ ਹੀ ਜ਼ਿਆਦਾ ਇਕੱਠ ਲੋਕਾਂ ਦਾ। ਜਿਵੇਂ ਜਿਵੇਂ ਨਗਰ ਕੀਰਤਨ ਅੱਗੇ ਜਾ ਰਿਹਾ, ਲੋਕ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਨਾਲ ਨਾਲ ਅੱਗੇ ਵੱਧ ਰਹੇ ਨੇ, ਅਤੇ ਜੋ ਕਿ ਬਹੁਤ ਹੀ ਵਧੀਆ ਮਨ ਨੂੰ ਸਕੂਨ ਦੇਣ ਵਾਲੀ ਗੱਲ ਹੈ। ਹਾਂਜੀ, ਮੱਥਾ ਟੇਕਣ ਤੋਂ ਬਾਅਦ ਆਪਾਂ ਆ ਗਏ ਸੀਗੇ ਲੰਗਰ ਵਾਲੀ ਸਾਈਡ 'ਤੇ, ਅਤੇ ਉਰੇ ਅਲੱਗ ਅਲੱਗ ਪ੍ਰਕਾਰ ਦਾ ਲੰਗਰ ਲੱਗਿਆ ਹੋਇਆ ਸੀਗਾ। ਇੰਨਾ ਜ਼ਿਆਦਾ ਲੰਗਰ ਲੱਗਿਆ ਸੀਗਾ ਕਿ ਜਿੰਨੇ ਲੋਕ ਸੀ ਉਸ ਉਹਨਾਂ ਨੇ ਲੰਗਰ ਸੀਗਾ, ਅਤੇ ਰੱਬ ਦੀ ਇੰਨੀ ਕਿਰਪਾ ਕਿ
ਪੂਰੇ ਕਦੇ ਵੀ ਲੰਬਿਤ ਨਹੀਂ ਖਤਮ ਹੁੰਦੇ। ਜਿਵੇਂ ਕਹਿੰਦੇ ਕਿ ਪੰਜਾਬ ਦੇ ਵਿੱਚ ਆਪਾਂ ਜੰਮੇ ਹਾਂ ਅਤੇ ਕਨੇਡਾ ਨੇ ਆਪਾਂ ਨੂੰ ਸੰਭਾਲਿਆ, ਇਹ ਉਹੀ ਗੱਲ ਆ। ਇਹ ਕਨੇਡਾ ਹੀ ਆ ਜਿਹੜਾ ਸੰਭਾਲਦਾ ਵਾ, ਬਾਕੀ ਵੀ ਹੋਰ ਵੀ ਦੇਸ਼ ਨੇ, ਕੋਈ ਦੇਸ਼ ਮਾੜਾ ਨਹੀਂ ਹੈ ਜਿੱਥੇ ਪੰਜਾਬੀ ਨੇ, ਕਿਉਂਕਿ ਪੰਜਾਬੀਆਂ ਵੇਲੇ ਚੜ੍ਹਦੀ ਕਲਾ 'ਚ ਰਹਿੰਦੇ ਨੇ ਹਰ ਇੱਕ ਕੰਮ ਦੇ ਵਿੱਚ। ਹਾਂਜੀ, ਇਹ ਨੇ ਸਰੀ ਪੁਲਿਸ ਦੀਆਂ ਗੱਡੀਆਂ, ਕਿਉਂਕਿ ਪੁਲਿਸ ਵਾਲਿਆਂ ਦਾ ਵੀ ਪੂਰਾ ਪ੍ਰਬੰਧ ਸੀਗਾ ਇੱਥੇ, ਅਤੇ ਨਾਲ ਨਾਲ ਗੱਡੀਆਂ ਜਾ ਰਹੀਆਂ ਸੀਗੀਆਂ ਨਗਰ ਕੀਰਤਨ ਦੇ ਅੱਗੇ, ਪੁਲਿਸ ਦੇ ਮੋਟਰਸਾਈਕਲ ਸੀਗੇ, ਅਤੇ ਨਾਲ ਹੀ ਪੂਰੇ ਕਾਫੀ ਜ਼ਿਆਦਾ ਸਿਕਿਉਰਿਟੀ ਸੀਗੀ ਕਿ ਕੋਈ ਵੀ ਹੈਪਨ ਹੁੰਦਾ ਅਤੇ ਉਸੇ ਟਾਈਮ ਹਰ ਇੱਕ ਚੀਜ਼ ਉਰੇ ਮੌਜੂਦ ਹੈ, ਜਿਵੇਂ ਕਹਿ ਲਓ ਫਾਸਟ ਏਡ ਅਤੇ ਸਿਕਿਉਰਿਟੀ ਦਾ ਸਪੈਸ਼ਲ ਪ੍ਰਬੰਧ ਸੀਗਾ। ਜਦੋਂ ਆਪਾਂ ਇੱਥੇ ਨਿਕਲ ਲੱਗੇ, ਮੈਨੂੰ ਯਾਦ ਆਇਆ ਕਿ ਮੈਂ ਲਾਸਟ ਈਅਰ ਇੱਥੋਂ ਪੱਗ ਬਣਵਾਈ ਸੀ, ਪਰ ਇਸ ਵਾਰੀ ਤਾਂ ਚਲੋ ਮੈਂ ਘਰੋਂ ਹੀ ਪੱਗ ਬੰਨ ਕੇ ਚਲੇ ਗਿਆ ਸੀ। ਅਤੇ ਓਬਵੀਅਸਲੀ ਉਰੇ ਕਦੇ ਕਦੇ ਪੱਗ ਬੰਨਦਾ ਬੰਨਣ ਦਾ ਸੌਕ ਮਿਲਦਾ ਵਾ, ਨਹੀਂ ਤਾਂ ਸਵੇਰੇ ਉੱਠੀ ਦਾ ਚਲੋ ਹੀ ਚਲ ਜਾਈਦਾ। ਅਤੇ ਆਹ ਦੇਖੋ ਐਰੋਪਲੇਨ, ਅਤੇ ਨਾਲ ਉਰੇ ਮਤਲਬ ਐਡ ਵਗੈਰਾ ਵੀ ਕੀਤੀ ਜਾਂਦੀ, ਨਾਲ ਵਿਸਾਖੀ ਦੀਆਂ ਮੁਬਾਰਕਾਂ ਵੀ ਉੱਪਰ। ਅਤੇ ਆਹ ਪੰਜ ਪਿਆਰੇ ਅਤੇ ਨਗਰ ਕੀਰਤਨ ਅੱਗੇ ਦੀ ਅੱਗੇ ਅੱਗੇ ਵੱਧਦਾ ਹੋਇਆ, ਅਤੇ ਲੋਕਾਂ ਦਾ ਸੰਗਤ ਦਾ ਇਕੱਠ ਵੀ ਵੱਧਦਾ ਹੋਇਆ। ਮੇਰੀ ਜਿੱਥੇ ਤੱਕ ਨਿਗਾਹ ਪੈਂਦੀ ਸੀ ਚਾਰੇ ਪਾਸੇ ਇਕੱਠ ਹੀ ਇਕੱਠ ਸੀਗਾ ਸੰਗਤ ਦਾ, ਕਿਤੇ ਵੀ ਇੱਦਾਂ ਨਹੀਂ ਲੱਗਦਾ ਸੀਗਾ ਕਿ ਜਗ੍ਹਾ ਖਾਲੀ ਹੈ, ਇੰਨਾ ਜ਼ਿਆਦਾ ਇਕੱਠ ਸੀ ਸੰਗਤ ਦਾ। ਅਤੇ ਕੋਈ ਇਹ ਨਹੀਂ ਹੈ ਕਿ ਇਕੱਲੇ ਪੰਜਾਬੀ ਸੀ, ਮਤਲਬ ਹਰ ਇੱਕ ਬੰਦਾ ਇੱਥੇ ਮੌਜੂਦ ਸੀਗਾ, ਕੀ ਗੋਰੇ ਕੀ ਚੀਨੇ ਕੀ ਹਿੰਦੂ ਕੀ ਮੁਸਲਮਾਨ, ਹਰ ਇੱਕ ਮਤਲਬ ਪੂਰਾ ਜ਼ਿਆਦਾ ਲੋਕ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋ ਰਹੇ ਸੀਗੇ। ਅਤੇ ਆ ਰਹੇ ਸਕੂਲ ਦੇ ਬੱਚੇ, ਕਿਉਂਕਿ ਉਰੇ ਹਰ ਇੱਕ ਨੂੰ ਸ਼ਾਸਤਰ ਵਿੱਦਿਆ ਸਿਖਾਈ ਜਾਂਦੀ ਹੈ ਬੱਚਿਆਂ ਨੂੰ, ਜੋ ਕਿ ਕਹਿ ਲਓ ਵੀ ਆਪਣੇ ਖਾਲਸੇ ਨਾਲ ਸੰਬੰਧਿਤ ਰੱਖਦੇ ਨੇ ਸਕੂਲ। ਕਾਫੀ ਵਧੀਆ ਲੱਗਦਾ ਬੱਚਿਆਂ ਨੂੰ ਦੇਖ ਕੇ। ਅਲੱਗ ਅਲੱਗ ਸਕੂਲਾਂ ਦੇ ਬੱਚੇ ਕੀਰਤਨ ਕਰ ਰਹੇ ਨੇ, ਕਿਉਂਕਿ ਉਰੇ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਸਿੱਖੀ ਦੇ ਨਾਲ ਜੋੜਿਆ ਜਾਂਦਾ। ਬਹੁਤ ਹੀ ਵਧੀਆ ਗੱਲ ਆ ਕਿ ਇੱਥੇ ਆ ਕੇ ਵੀ ਆਪਣੇ ਲੋਕ ਸਿੱਖੀ ਨੂੰ ਭੁੱਲਦੇ ਨੇ ਅਤੇ ਸਾਰੇ ਉਹਦੇ ਨਾਲ ਜੁੜ ਕੇ ਰਹਿੰਦੇ ਨੇ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਪੁਲਿਸ ਦਾ ਵੀ ਬਹੁਤ ਹੀ ਜ਼ਿਆਦਾ ਯੋਗਦਾਨ ਸੀ,
ਅਤੇ ਇਹ ਆ ਸੜੀ ਦੀ ਪੁਲਿਸ ਜੋ ਕਿ ਨਗਰ ਕੀਰਤਨ ਦੇ ਵਿੱਚ ਨਾਲ ਨਾਲ ਸੰਗ 'ਤੇ ਜਾ ਰਹੀ ਹੈ, ਜੇ ਕੋਈ ਵੀ ਹੈਪਨ ਹੁੰਦਾ ਤਾਂ ਉਹਨੂੰ ਕੰਟਰੋਲ ਕਰਦੀ ਹੈ। ਅਤੇ ਇਹ ਸਪੈਸ਼ਲ ਬੱਸ ਆ ਜੋ ਕਿ ਨਗਰ ਕੀਰਤਨ ਦੇ ਲਈ ਹੀ ਇਹਨਾਂ ਨੇ ਰੱਖੀ ਹੋਈ ਹੈ ਅਤੇ ਨਗਰ ਕੀਰਤਨ ਦੇ ਲਈ ਹੀ ਤਿਆਰ ਕਰਦੇ ਨੇ, ਕਿਉਂਕਿ ਕੁਛ ਕੁ ਲੋਕਾਂ ਤੋਂ ਜਿਵੇਂ ਨਹੀਂ ਤੁਰ ਹੁੰਦਾ ਬਜ਼ੁਰਗਾਂ ਤੋਂ, ਉਹ ਇਹਦੇ ਵਿੱਚ ਬੱਸਾਂ ਦੇ ਵਿੱਚ ਬੈਠ ਜਾਂਦੇ ਨੇ ਅਤੇ ਫਿਰ ਨਾਲ ਨਾਲ ਜਾਂਦੇ ਨੇ। ਜਿਵੇਂ ਕਿ ਆਟੇ ਮੋਟ ਵਾਲਿਆਂ ਨੇ ਵੀ ਲੰਗਰ ਚਲਾਇਆ। ਇਹ ਸੀਗਾ ਵਿਸਾਖੀ ਦਾ ਨਗਰ ਕੀਰਤਨ ਜੋ ਕਿ ਹਜੇ ਵੀ ਚੱਲ ਰਿਹਾ, ਪਰ ਆਪਾਂ ਚੱਲੇ ਹਾਂ ਘਰੇ ਕਿਉਂਕਿ ਬਹੁਤ ਹੀ ਜ਼ਿਆਦਾ ਇੱਕ ਦਾ ਰਸ਼ ਸੀਗਾ। ਇੱਕ ਤੁਹਾਨੂੰ ਨਹੀਂ ਪਤਾ ਵੀ ਕੰਮ ਤੋਂ ਬਿਨਾਂ ਸਰਦਾ ਨਹੀਂ ਆ ਅਤੇ ਆਪਾਂ ਕੰਮ ਹੋਰ ਯਾਰ ਤਾਂ ਨਾ ਕਰੋ ਤਾਂ ਵੀ ਔਖਾ, ਕਰੋ ਤਾਂ ਵੀ ਔਖਾ ਬਸ। ਪਰ ਬਹੁਤ ਹੀ ਜ਼ਿਆਦਾ ਰਸ਼ ਸੀ ਬਈ, ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ, ਇੰਨਾ ਜ਼ਿਆਦਾ ਰਸ਼ ਸੀਗਾ। ਪਿੱਛੇ ਤੱਕ ਗੱਡੀ 'ਤੇ ਗੱਡੀ ਖੜੀ ਆ ਆ ਰਹੇ ਹਾਂ। ਦੇਖੋ ਅਜੇ ਵੀ ਲੋਕ ਆ ਰਹੇ ਨੇ, ਲਾਈਨਾਂ ਲੋਕਾਂ ਦੀਆਂ ਗੱਡੀ 'ਤੇ ਗੱਡੀ, ਕਾਫੀ ਜ਼ਿਆਦਾ ਰਸ਼ ਆ। ਗੱਡੀ ਕਢਾਉਣ ਨੂੰ ਜਗ੍ਹਾ ਵੀ ਨਹੀਂ ਮਿਲਦੀ, ਪਰ ਅਸੀਂ ਟਾਈਮ ਦੇ 'ਤੇ ਆ ਗਏ ਸੀਗੇ ਤਾਂ ਕਰਕੇ ਸਾਨੂੰ ਕਾਫੀ ਨੇੜੇ ਫਿਰ ਵੀ ਜਗ੍ਹਾ ਮਿਲ ਗਈ ਸੀ। ਦੇਖ ਲਓ ਕਿੱਥੇ ਤੱਕ ਲੋਕਾਂ ਦੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਅਤੇ ਆ ਪਾਰਕਿੰਗ ਲੋਟ ਇੱਥੇ ਹੀ ਫੁੱਲ ਆ, ਕਾਫੀ ਅੱਗੇ ਤੱਕ ਫੁੱਲ ਹੀ ਫੁੱਲ ਆ। ਦੇਖੋ ਗੱਡੀ ਲਾਉਣ ਨੂੰ ਕਿਤੇ ਵੀ ਜਗ੍ਹਾ ਨਹੀਂ, ਇੰਨਾ ਜ਼ਿਆਦਾ ਰਸ਼ ਆ ਉਰੇ। ਪਹੁੰਚ ਚੁੱਕਿਆ ਘਰੇ ਵਿਸਾਖੀ ਦਾ ਨਗਰ ਕੀਰਤਨ ਦੇਖ ਕੇ, ਅਤੇ ਬਹੁਤ ਹੀ ਜ਼ਿਆਦਾ ਰਸ਼ ਸੀਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ। ਕਾਫੀ ਜ਼ਿਆਦਾ ਹੁਣ ਧੁੱਪ ਵੀ ਕਾਫੀ ਜ਼ਿਆਦਾ ਹੋ ਚੁੱਕੀ, ਮੌਸਮ ਵੀ ਗਰਮੀ ਵਾਲਾ ਹੋ ਚੁੱਕਿਆ, ਬਟ ਹਜੇ ਹਵਾ ਚੱਲਦੀ ਆ ਅਤੇ ਠੀਕ ਆ, ਲੋਕ ਹਜੇ ਵੀ ਆਈ ਜਾ ਰਹੇ ਨੇ। ਅਤੇ ਮਤਲਬ ਉਰੇ ਦਾ ਨਗਰ ਕੀਰਤਨ ਬਹੁਤ ਹੀ ਜ਼ਿਆਦਾ ਕਹਿ ਲਓ ਵੀ ਇਕੱਠਾ ਇਕੱਠ ਹੁੰਦਾ, ਸੰਗਤਾਂ ਦਾ ਬਹੁਤ ਹੀ ਜ਼ਿਆਦਾ ਇਕੱਠ ਹੁੰਦਾ, ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੁੰਦੀ, ਇੰਨਾ ਜ਼ਿਆਦਾ ਰਸ਼ ਆ। ਅਤੇ ਵਧੀਆ ਲੱਗਦਾ ਬਾਹਰਲੇ ਦੇਸ਼ ਦੇ ਵਿੱਚ ਵੀ ਇੱਦਾਂ ਦਾ ਮਤਲਬ ਦੇਖ ਕੇ ਸਾਰਾ ਕੁਛ, ਅਤੇ ਕਾਫੀ ਕੁਛ ਆ, ਕਈ ਚੀਜ਼ਾਂ ਇੱਦਾਂ ਦੀਆਂ ਵੀ ਜਿਹੜੀਆਂ ਨਹੀਂ ਆਪਾਂ ਕੈਪਚਰ ਕਰ ਸਕੇ ਕਿਉਂਕਿ ਰਸ਼ ਹੀ ਬਹੁਤ ਸੀਗਾ, ਅਤੇ ਆਪਾਂ ਵੀ ਹਾਜ਼ਰੀ ਲਵਾਉਣ ਗਏ ਸੀਗੇ ਅਤੇ ਵਧੀਆ ਲੱਗਿਆ ਜਾ ਕੇ। ਅਤੇ ਹੋ ਸਕੇ ਤੁਹਾਨੂੰ ਵੀ ਵਧੀਆ ਲੱਗਿਆ ਹੋਊਗਾ, ਅਤੇ ਇੰਜੋਏ ਕਰੋ ਵਲੌਗ ਨੂੰ ਅਤੇ ਬਣੇ ਰਹੋ ਸਾਡੇ ਨਾਲ, ਅੱਗੇ ਵੀ ਹੁਣ ਵਧੀਆ ਵਧੀਆ ਵਲੌਗ ਆਉਣਗੇ। ਓਕੇ, ਬਾਏ ਬਾਏ।